ਇੱਕ ਮਿੱਤਰ ਪੁੱਛਦੇ ਹਨ ਕਿ ਤੁਹਾਡੀਆਂ ਗੱਲਾਂ ਤੋਂ ਤਾਂ ਜਿਨ੍ਹਾਂ ਚੀਜ਼ਾਂ ਨੂੰ ਅਸੀਂ ਮਿਟਾ ਦੇਣਾ ਚਾਹੁੰਦੇ ਆਂ ਜਿਨ੍ਹਾਂ ਜਿਨ੍ਹਾਂ ਚੀਜ਼ਾਂ ਦੇ ਵਹਿਮ ਦੀਆਂ ਸੁਪਰਸਟੀਸ਼ਨ ਦੀਆਂ ਅੰਧਵਿਸ਼ਵਾਸ ਦੀਆਂ ਜਿਨ੍ਹਾਂ ਜ਼ੰਜੀਰਾਂ ਨੂੰ ਤੋੜ ਦੇਣਾ ਚਾਹੁੰਦੇ ਆਂ ਉਹ ਹੋਰ ਮਜ਼ਬੂਤ ਹੋ ਜਾਂਦੀਆਂ ਤੁਹਾਡੀਆਂ ਗੱਲਾਂ ਤੋਂ ਪੁਨਰਜਨਮ ਮਾਲੂਮ ਹੁੰਦਾ ਹੈ ਪ੍ਰੇਤ ਮਾਲੂਮ ਹੁੰਦੇ ਆਂ ਦੇਵ ਮਾਲੂਮ ਹੁੰਦੇ ਆਂ ਆਤਮਾ ਦਾਵਾ ਗੌਣ ਮਾਲੂਮ ਹੁੰਦਾ ਤਾਂ ਫਿਰ ਜਿਨ੍ਹਾਂ ਅੰਧਵਿਸ਼ਵਾਸਾਂ ਨੂੰ ਮਿਟਾਉਣਾ ਹੈ ਉਹ ਤਾਂ ਹੋਰ ਮਜ਼ਬੂਤ ਹੋ ਜਾਣਗੇ ਇਸ ਦੋ ਗੱਲਾਂ ਸਮਝਣੀਆਂ ਚਾਹੀਦੀਆਂ ਪਹਿਲੀ ਤਾਂ ਇਹ ਜੇ ਬਿਨਾਂ ਕਿਸੇ ਗੱਲ ਦੀ ਖੋਜ-ਬੀਨ ਕੀਤੇ ਉਹਨੂੰ ਅੰਧਵਿਸ਼ਵਾਸ ਮੰਨ ਲਿਆ ਤਾਂ ਅੰਧਵਿਸ਼ਵਾਸ ਤੋਂ ਵੀ ਵੱਡਾ ਅੰਧਵਿਸ਼ਵਾਸ ਹੈ ਇਹ ਤਾਂ ਬਹੁਤ ਸੁਪਰਟਿਸ਼ੀਅਸ ਮਾਈਂਡ ਹੋਇਆ ਜਿਨੇ ਬਿਨਾਂ ਖੋਜ-ਬੀਨ ਕੀਤੇ ਆ ਮੰਨ ਲਿਆ ਇੱਕ ਆਦਮੀ ਮੰਨਦਾ ਹੈ ਕਿ ਭੂਤ-ਪ੍ਰੇਤ ਹਨ ਅਸੀਂ ਉਹਨੂੰ ਕਹਿੰਦੇ ਹਾਂ ਅੰਧਵਿਸ਼ਵਾਸੀ ਹੈ ਤੇ ਅਸੀਂ ਮੰਨ ਲੈਨੇ ਆ ਕਿ ਨਹੀਂ ਹਨ ਤੇ ਅਸੀਂ ਵੱਡੇ ਗਿਆਨੀ ਹੋ ਜਾਂਨੇ ਆ ਪਰ ਪੁੱਛਣਾ ਇਹ ਹੈ ਕਿ ਅੰਧਵਿਸ਼ਵਾਸ ਦਾ ਮਤਲਬ ਕੀ ਹੁੰਦਾ ਹੈ ਜੋ ਕਹਿੰਦਾ ਭੂਤ ਪ੍ਰੇਤ ਹਨ ਜੇ ਉਹਨੇ ਬਿਨਾਂ ਖੋਜਿਆ ਮੰਨ ਲਿਆ ਹੋਵੇ ਤਾਂ ਉਹ ਅੰਧਵਿਸ਼ਵਾਸ ਹੈ ਤੇ ਜੋ ਕਹਿੰਦਾ ਨਹੀਂ ਹੈ ਉਹਨੇ ਵੀ ਜੇਕਰ ਬਿਨਾਂ ਖੋਜਿਆ ਮੰਨ ਲਿਆ ਹੋਵੇ ਤਾਂ ਉਹ ਵੀ ਅੰਧਵਿਸ਼ਵਾਸ ਹੈ ਅੰਧਵਿਸ਼ਵਾਸ ਦਾ ਮਤਲਬ ਹੈ ਜੋ ਅਸੀਂ ਨਹੀਂ ਜਾਣਦੇ ਉਹਨੂੰ ਮੰਨ ਲੈਣਾ ਅੰਧਵਿਸ਼ਵਾਸ ਦਾ ਇਹ ਮਤਲਬ ਨਹੀਂ ਹੁੰਦਾ ਵੀ ਜੋ ਸਾਥੋਂ ਉਲਟ ਹੈ ਉਹ ਅੰਧਵਿਸ਼ਵਾਸੀ ਹੈ ਈਸ਼ਵਰ ਨੂੰ ਮੰਨਣ ਵਾਲਾ ਵੀ ਅੰਧਵਿਸ਼ਵਾਸੀ ਹੋ ਸਕਦਾ ਹੈ ਈਸ਼ਵਰ ਨੂੰ ਨਾ ਮੰਨਣ ਵਾਲਾ ਵੀ ਓਨਾ ਹੀ ਅੰਧਵਿਸ਼ਵਾਸੀ ਓਨਾ ਹੀ ਸੁਪਰਸਟੀਸ਼ੀਅਸ ਹੋ ਸਕਦਾ ਹੈ ਅੰਧਵਿਸ਼ਵਾਸ ਦੀ ਪਰਿਭਾਸ਼ਾ ਸਮਝ ਲੈਣੀ ਚਾਹੀਦੀ ਹੈ ਇਹਦਾ ਮਤਲਬ ਹੈ ਬਿਨਾਂ ਜਾਣਿਆ ਅੰਨੇ ਵਾਂਗ ਜੀ ਨੇ ਮੰਨ ਲਿਆ ਹੋਵੇ ਰੂਸ ਦੇ ਲੋਕ ਅੰਧਵਿਸ਼ਵਾਸੀ ਨਾਸਤਕ ਹਨ ਹਿੰਦੁਸਤਾਨ ਦੇ ਲੋਕ ਅੰਧਵਿਸ਼ਵਾਸੀ ਆਸਤਕ ਹਨ ਦੋਵੇਂ ਅੰਧਵਿਸ਼ਵਾਸੀ ਹਨ ਧੰਨਵਾਦ